ਨੇਮੀ ਹੈ ਬਿਨਾਂ ਨਾਗੇ ਤੋਂ ਅਖਾੜੇ ਦੇ ਵਿੱਚ ਜਾਂਦਾ। ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇੱਕ ਬੰਦਾ 2 ਵਜੇ ਸੌਂਦਾ, 1:30 ਵਜੇ ਸੌਂਦਾ, ਫਿਰ ਸਵੇਰੇ ਅਖਾੜੇ ਵਿੱਚ ਜਾਂਦਾ, ਮਿਹਨਤ ਕਰਕੇ ਆਉਂਦਾ ਹੈ। ਪਰਮਾਤਮਾ ਵੀ ਉਹਨੂੰ ਇਹ ਦਿੰਦਾ ਜਿਹੜਾ ਕਹਿ ਲਓ ਵੀ ਕੁਛ ਕਰਦਾ। ਇੱਕ ਵਾਰ ਤਾੜੀਆਂ ਲਾਓ ਇਸ ਨੌਜਵਾਨ ਲਈ। ਇੰਨਾ ਲੰਮਾ ਸਮਾਂ ਕਹਿ ਲਓ ਵੀ ਪਹਿਲਵਾਨੀ ਸਾਂਭ ਕੇ ਰੱਖਣੀ ਬੜੀ ਔਖੀ ਗੱਲ ਹੈ। ਵਾਕਈ ਬਿਨੀਆ ਵੀ ਸਾਡੇ ਜੇ ਐਂਡ ਕੇ ਦੀ ਸ਼ਾਨ ਹੈ ਗੱਭਰੂ। ਔਰ ਬਹੁਤ ਲੰਬੇ ਸਮੇਂ ਤੋਂ ਜਿਹੜਾ ਸਾਡੇ ਜੇ ਐਂਡ ਕੇ ਦਾ ਇਸ ਗੱਭਰੂ ਨੇ ਨਾਂ ਜਿਹੜਾ ਉੱਚਾ ਕੀਤਾ, ਇੱਕ ਵੱਡਾ ਨਾਂ ਹੈ। ਵਾਕਿਆ ਦੁਨੀਆ ਜਾਣਦੀ ਹੈ ਬਿਨੀਆ ਨੂੰ। ਔਰ ਆ ਰੋਜ਼ ਕਹਿ ਲਓ ਨਿੱਤ ਨਵੀਆਂ ਨਵੇਂ ਮੁੰਡਿਆਂ ਦੇ ਨਾਲ ਕੁਸ਼ਤੀਆਂ ਲੜਦਾ ਹੈ ਨੌਜਵਾਨ। ਵਾਕਈ ਉਧਰ ਸਿਰੇ ਦਾ ਮੁਕਾਬਲਾ ਮੈਦਾਨ ਦੇ ਵਿੱਚ ਅੱਜ ਦਾ ਫਾਈਨਲ ਹੈ। ਲਾ ਇੱਕ ਪਾਸੇ ਪਿੰਨਾ ਮੰਡੋਠੀ ਤੇ ਨਾਲ ਪਿੰਨੀਆਂ ਪਹਿਲਵਾਨ ਜੰਮੋ। ਹਰ ਕੁਸ਼ਤੀ ਜਿਹੜੀ ਸ਼ੁਰੂ ਹੋਈ ਆ ਇਹਨਾਂ ਗੱਭਰੂਆਂ ਦਰਮਿਆਨ ਹੈ। ਕਹਿੰਦਾ ਸਾਡੇ ਵਾਂਗੂ ਚਾਹੁੰਦਾ ਜੇ ਤੂਫਾਨ ਥੰਮਣਾ, ਉਹ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮਣਾ। ਉਹ ਸਭੇ ਪੌੜੀਆਂ ਨੇ ਇੱਕੋ ਵਾਰ ਚੜ ਹੋਣੀਆਂ। ਉਹ ਕਾਕਾ ਸਾਡੀਆਂ ਸਾਡੀਆਂ ਰੀਸਾਂ ਨਹੀਂ ਤੇ ਠੋਕਰ ਹੋਣੀਆਂ। ਉਹ ਕਾਕਾ ਸਾਡੀਆਂ ਕਹਿੰਦਾ ਜੱਟ ਸ਼ੁਰੂ ਤੋਂ ਹੈ ਸ਼ੌਕੀ ਹਰ ਰਿਸਕ ਲੈਣ ਦਾ। ਆਉਂਦਾ ਇਸ ਵਾਰ ਗੱਲ ਮੂੰਹ ਤੇ ਕਹਿਣ ਦਾ, ਤੇਥੋਂ ਕੋਰੀਆਂ ਕਰਾਰੀਆਂ ਨਹੀਂ ਜਰ ਹੋਣੀਆਂ। ਉਹ ਕਾਕਾ ਸਾਡੀਆਂ ਸਾਡੀਆਂ ਰੀਸਾਂ ਨਹੀਂ ਤੇ ਠੋਕਰ ਹੋਣੀਆਂ। ਵਾਹ ਜੀ ਕੀ ਕੋਈ ਸਾਹਿਬ ਇੱਕ ਉਹ ਕੁਛ ਨਹੀਂ ਬਸ ਉਹ ਕੁਸ਼ਤੀ ਦੁਆਰ ਤੇ ਲੱਗੀ ਹੈ। ਚਲੋ ਚਲੋ ਰਾਜ ਸਿੰਘ ਜੀ ਤੁਸੀਂ ਬੈਠ ਜਾਓ, ਨਹੀਂ ਤਾਂ ਇੱਕ ਰੈਫਰੀ ਰਹੋ ਚਾਰ ਰੱਖਦੇ। ਵਾਹ ਜੀ ਵਾਹ ਚਲੋ ਹੋਏ ਲੱਲੂ ਮਾਰੋ ਹਮਤ। ਕਹਿੰਦਾ ਰਹਿੰਦੀ ਦੁਨੀਆ ਸਲਾਮਾਂ ਫਿਰ ਕਰਦੀ, ਹੁੰਦਾ ਜਿਹੜੇ ਸ਼ਰੀਰਾਂ ਵਿੱਚ ਜ਼ੋਰ ਬਈ ਉਹ ਪੈਸੇ ਤੈਨੂੰ ਸਭ ਲੁੱਟ ਸਕਦਾ। ਮਿਹਨਤਾਂ ਨੂੰ ਪਵੇ ਕਦੇ ਚੋਰ ਜੀ, ਉਹ ਚੂੜੀ ਬੇਬੇ ਜੀ ਤੇ ਹੱਲਾ ਸ਼ੇਰੀ ਬਾਪੂ ਦੀ ਹਰਿੰਦਰਾ ਸ਼ਰੀਰਾਂ ਦੇ ਜਿਹਨ ਲਾਈਆਂ ਮਿਹਨਤ ਉੱਠ ਕੇ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ। ਅੜੀਲੇ ਘੋੜੇ ਨੇ ਉਹ ਯਾਰਾ ਕਰ ਹੀ ਨੇ ਜਾਂਦੇ ਮਨਮਾਨੀ, ਰਾਜੇ ਖੇਲੇ ਹਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਉਹ ਰਾਜੇ ਖੇਲੇ ਹਟ ਪਾਸੇ ਉਹ ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਸਮਾਂ 20 ਮਿੰਟ ਦਾ ਏ ਤੇ ਉਹ ਬੱਲੇ 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 ਲੱਲੂ ਥੋੜਾ ਜਿਹਾ ਅੱਗੇ ਨੂੰ ਆ ਜਾਓ ਤੁਸੀਂ। ਹਾਏ 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 ਮਨ ਅੱਗੇ ਪਿੱਛੇ ਕਰ ਲਓ। ਵਾਹ ਵੀ ਵਾਹ ਦੀਪਿੰਦਰ ਸਿੰਘ ਫਸ ਗਏ ਕੁੰਡੀਆਂ ਦੇ, ਥੋੜੀ ਥੋੜੀ ਕੁਸ਼ਤੀ ਇੱਧਰ ਉੱਧਰ ਕਰ ਲਿਓ ਬਈ ਤੇਰਾ ਬਹਿ ਜਾ ਗੋਡੀ ਲੱਗ ਗਈ। ਵਾਕਿਆ ਸਿੰਘ ਫਸੇ ਹੋਏ ਆ ਬਿੰਨੇ ਨੂੰ ਸਾਡੇ ਕਰ ਲਓ ਬੱਲੇ ਬੱਲੇ ਬਿੰਨੇ ਥੋੜਾ ਉੱਧਰ ਨੂੰ ਘੁੰਮ ਜਾਓ ਬਿੰਨੇ ਥੋੜਾ ਜਿਹਾ ਦੂਜੇ ਪਾਸੇ ਹੋ ਜਾਓ ਬਿੰਨੇ ਐਦਾਂ ਥੋੜਾ ਗੱਲ ਹੁੰਦੀ ਆ ਦੂਜੀ ਸਾਈਡ ਘੁੰਮ ਜਾਓ। ਹਾਂ ਕੋਈ ਗੱਲ ਚਲੋ ਸ਼ਾਬਾਸ਼। ਵਾਹ ਵੀ ਵਾਹ ਵਾਕ ਮਿਹਨਤਾਂ ਦੀ ਗੱਲ ਹੁੰਦੀ ਹੈ, ਵੱਡੀਆਂ ਮਿਹਨਤਾਂ ਵਾਲੇ ਇਹਨਾਂ ਮੈਦਾਨਾਂ ਦੇ ਵਿੱਚ ਲੜਦੇ ਆ ਤੇ ਉੱਪਰਲੇ ਪਾਸੇ ਆ ਪਿਣੀਆਂ ਏ ਚੰਬੂ ਵਾਲਾ। ਵਾਹ ਵੀ ਵਾਹ ਕਹਿੰਦਾ ਗੁੰਦ ਮੇ ਸਰੀਰ ਹਿੱਕਾਂ ਗੱਜ ਗੱਜ ਚੌੜੀਆਂ, ਮਾਰਦੇ ਨੇ ਡੰਡ ਨਾਲੇ ਖਿੱਚ ਲੜ ਪੌੜੀਆਂ।
ਉਹ ਨਾਮ ਰੱਬ ਦਾ ਧਿਆ ਕੇ ਸਿਰ ਉਸਤਾਦ ਨੂੰ ਝੁਕਾ ਕੇ ਉਹਦੇ ਨੇ ਅਖਾੜੇ ਵਿੱਚ ਨੱਚ ਟੱਪ ਛਾਲਾ ਮਾਰਦੇ ਸ਼ੇਰੇ ਕਹਿਲ ਮਜਾਰੀ ਸਿੰਘ ਫਸੇ ਕੁੰਡੀਆਂ ਦੇ ਜੁੱਧ ਹੋਣੇ ਆ ਕਰਦੇ ਬਈ ਜਿਹੜੇ ਅੱਗੇ ਨੂੰ ਜਾ ਰਹੇ ਆ ਲਾਈਵ ਵਾਲੇ ਕੈਮਰੇ ਨੂੰ ਕੋਲ ਨੂੰ ਇਹ ਪਿੱਛੇ ਹੋ ਜਾਓ ਪਲੀਜ਼ ਪਿੱਛੇ ਹੋ ਜਾਓ ਜਿਹੜੇ ਲਾਈਵ ਵਾਲੇ ਕੈਮਰੇ ਦੇ ਕੋਲ ਹੈ ਬਈ ਥੋੜਾ ਸਾਈਡ ਹੋ ਜਾਓ ਬਈ ਵੀਰ ਥੋੜਾ ਪਿੱਛੇ ਹੋ ਜਾਓ ਬੇਨਤੀ ਹੈ ਕੁਝ ਕੇ ਜਿਹੜੇ ਮੈਂਟ ਰਹਿੰਦੇ ਆ ਆਰਾਮ ਦੇ ਨਾਲ ਬੈਠ ਕੇ ਦੇਖੋ ਆ ਜਾਓ ਬੜਾ ਬੜਾ ਸ਼ਾਬਾਸ਼ ਵਾਹ ਵੀਰ ਉਦੋਂ ਚੱਲਦਾ ਹੋਇਆ ਮੁਕਾਬਲਾ ਮੈਦਾਨ ਦੇ ਵਿੱਚ ਕਹਿੰਦਾ ਇੱਕੋ ਜੀਆਂ ਹੱਥ ਤੇ ਲਕੀਰਾਂ ਹੁੰਦੀਆਂ ਬਈ ਕਦੇ ਵੀ ਨਹੀਂ ਡੱਡ ਤਖਦੀਰਾਂ ਹੁੰਦੀਆਂ ਕੇ ਹੌਸਲੇ ਦਾ ਛਾਤੀ ਚ ਬਰੂਦ ਚਾਹੀਦਾ ਕਦੇ ਵੀ ਨਿਸ਼ਾਨੇ ਰਿੰਜੋ ਬਾਹਰ ਨਹੀਂ ਹੁੰਦੇ ਕੇ ਮਿਹਨਤਾਂ ਦੇ ਪੈਂਦੇ ਸਦਾ ਮੁੱਲ ਬੱਲਿਆ ਉਹ ਤੁੱਕਿਆਂ ਨਾ ਬਣਦੇ ਸਤਕਾਰ ਨਹੀਂ ਹੁੰਦੇ ਉਹ ਤੁੱਕਿਆਂ ਨਾ ਬਣਦੇ ਸਤਕਾਰ ਨਹੀਂ ਹੁੰਦੇ ਉਹ ਬੱਲੇ 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 ਆਏ ਹੋਏ ਤੁਸੀਂ ਸੈਂਟਰ ਕਰ ਲਿਓ ਸੈਂਟਰ ਕਰ ਲਿਓ ਹਾਂ ਵਾਹ ਕੇ ਚੱਲਦਾ ਹੋਇਆ ਮੁਕਾਬਲਾ ਮੈਦਾਨ ਦੇ ਵਿੱਚ ਕਹਿੰਦਾ ਬੰਦਾ ਨਹੀਂ ਉਹ ਵਿੱਚ ਬੰਦਿਆਂ ਸ਼ਾਮਿਲ ਜਿਹੜਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵੇ ਉਹਨੇ ਵਿੱਚ ਮੈਦਾਨ ਦੇ ਕੀ ਕਰਨਾ ਪਹਿਲਵਾਨ ਜੋ ਮਿਹਨਤ ਦਾ ਚੋਰ ਹੋਵੇ ਉਹ ਕੱਖਾਂ ਵਾਂਗਰ ਪੈਰਾਂ ਚ ਰਲੇ ਉਹੀ ਬੰਦਾ ਬੰਦੇ ਤੋਂ ਜਿਹੜਾ ਕਮਜ਼ੋਰ ਹੋਵੇ ਸਦਾ ਉਸੇ ਦਾ ਸਾਥ ਦੇਣ ਲੋਕੀ ਵਿੱਚ ਬਾਹਾਂ ਜੇ ਦੀਆਂ ਜ਼ੋਰ ਹੋਵੇ ਉਹ ਤਕੜੇ ਰੋਜ਼ ਧਰਨ ਤੋੜ ਤੇ ਗੋਡਾ ਆੜਾ ਮਾਰ ਨਹੀਂ ਰੋਜ਼ ਦੀ ਜਰ ਸਕਦਾ ਉਹ ਬਚਣ ਪਹਿਲਵਾਨੀਆਂ ਦਾ ਕੁਦਰਤੀ ਹਰ ਕੋਈ ਬੰਦਾ ਪਹਿਲਵਾਨੀ ਨਹੀਂ ਕਰ ਸਕਦਾ ਕਿ ਬਚਣ ਪਹਿਲਵਾਨੀਆਂ ਦਾ ਕੁਦਰਤੀ ਬਾਕੀ ਹਰ ਕੋਈ ਬੰਦਾ ਪਹਿਲਵਾਨੀ ਨਹੀਂ ਕਰ ਸਕਦਾ ਵਾਹ ਵਾਹ ਨਹੀਂ ਉਹਦੀ ਮੰਡੋਠੀ ਦੀ ਧਰਤੀ ਦਾ ਬਿੰਨਾ ਉੱਪਰਲੇ ਪਾਸੇ ਹੈ ਤੇ ਨਾਲ ਬਣੀਆਂ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਉਧਰ ਲੱਲੂ ਤੇ ਚਾਂਦੀ ਚਾਂਦੀ ਹੋਈ ਪਈ ਹੈ ਓਏ ਪੱਲੇ 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 ਨਹੀਂ ਯਾਰ ਰੀਸਾ ਤਾੜੀਆਂ ਦਾ ਹੱਕ ਬਣਦਾ ਹੈ ਓ ਤਾੜੀਆਂ ਦਾ ਦੇ ਹਾਏ ਹਾਏ ਆ ਸਿਰਾ ਵਾਕਈ ਸਵਾਦ ਹਲੋ ਵਾਕਈ ਬੱਲੇ ਬੱਲੇ ਮੈਦਾਨ ਦੇ ਵਿੱਚ ਹੋਈ ਪਈ ਹੈ ਉਧਰ ਲੱਲੂ ਤੇ ਨਾਲ ਚਾਂਦੀ ਜੋਰ ਤੇ ਜਾਣ ਉਹ ਪੂਰੀ ਲੱਗੀ ਹੋਈ ਹੈ ਕਹਿੰਦਾ ਮੈਗੀਆਂ ਨਾਲ ਕਦੋਂ ਭਲਵਾਨ ਰੱਜਦੇ ਐਵੇਂ ਤਰੁਜ ਹਾਜਾਂ ਨੂੰ ਵੀ ਰੋੜੇ ਵੱਜਦੇ ਕਦੇ ਨਾ ਪੜਾਕੂ ਮੂਰੇ ਅੜੇ ਡਿਗਰੀ ਚੋਰਾ ਮੂਰੇ ਅੜਦੇ ਆ ਜਾਂਦੇ ਸੋਹਣਿਆ ਉਹ ਮਾਮਾ ਦੀ ਜੋ ਛਾਤੀਆਂ ਚੋਂ ਮਿਲਦੀ ਦਲੇਰੀ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਮਾਮਾ ਦੀਆਂ ਛਾਤੀਆਂ ਚੋਂ ਜੋ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਵਾਕਈ ਕਹਿੰਦਾ ਰਾਤਾਂ ਨੂੰ ਨਹੀਂ ਸੌਂਦੇ ਔਰ ਤੇਰੇ ਅੱਗ ਲਾਉਣੀ ਔਰ ਡਰਦੇ ਨਹੀਂ ਹੁੰਦੇ ਜਿਹਨਾਂ ਦੁਨੀਆ ਡਰਾਉਣੀ ਕਈ ਵਾਰ ਅੱਖਾਂ ਉੱਤੇ ਬੰਨ ਪੱਟੀਆਂ ਉਹ ਧਾਗੇ ਸੂਈ ਵਾਲੇ ਨੱਕੇ ਚੋਂ ਲੰਘਾਉਣੇ ਪੈਂਦੇ ਐ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਉਡੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਆ ਤੇ ਚੰਗੇ ਦਿਨ ਆਉਂਦੇ ਨਹੀਂ ਲੈ ਆਉਣੇ ਪੈਂਦੇ ਇੱਕ ਮਿੰਟ ਬਾਈ ਲਾਈਵ ਵਾਲੇ ਕੈਮਰੇ ਤੋਂ ਪਿੱਛੇ ਹੋ ਜਾਓ ਸਾਰੇ ਹੋ ਜਾਓ ਪਿੱਛੇ ਮਾਣਾ ਮਾੜਾ ਯਾਰ ਬਾਈ ਬੇਨਤੀ ਹੈ ਥੋੜਾ ਟੇਬਲ ਤੇ ਪਿੱਛੇ ਅਸਲਮ ਚੋਹਾਨ ਕਹਿੰਦਾ ਜੇ ਬਿਨੀਆਂ ਜਿੱਤਦਾ ਤਾਂ 11000 ਰੁਪਇਆ ਹੋਏਗਾ ਅਸਲਮ ਚੋਹਾਨ ਵੱਲੋਂ ਆਏ ਹਾਏ ਬਹੁਤ ਬਹੁਤ ਧੰਨਵਾਦ ਹੈ ਇਹਨੂੰ ਕਹਿੰਦੇ ਜਦ ਗੱਭਰੂ ਦੇ ਪੜ ਪੜਦੇ ਨੇ ਹੱਥਾਂ ਤੇ ਚਰਚੇ ਛਿੜਦੇ ਨੇ ਲੋਕ ਵੀ ਗੱਲਾਂ ਕਰਦੇ ਨੇ ਰਸਤੀ ਤੇ ਨੋਟ ਵੀ ਪੜਦੇ ਨੇ ਇਹਦੇ ਵਿੱਚ 500 ਮਾਨਣੀ ਢੇਲੀ ਖੋਟੀ ਦਾ ਭੱਜਣ ਤਾੜੀਆਂ ਜਦੋਂ ਕੋਈ ਘੁੜਦਾ ਅਲ ਚੋਟੀ ਦਾ ਵਾਕਈ ਰੋਹਿਤ ਮਾਲਵੇ ਦੀ ਧਰਤੀ ਦਾ 2500 ਨਫ ਬਾਬਾ ਉਹ ਵੀ ਪੁਜਾ ਹੈ ਬਹੁਤ ਬਹੁਤ ਧੰਨਵਾਦ ਬਾਬੇ ਦਾ ਬੇਟਾ ਬੱਚੀ ਰੋਹਿਤ ਨਹੀਂ ਉਹ ਰੀਸਾ
ਉਧਰ ਲੱਡੂ ਲੱਲੂ ਵਾਲੀ ਗੁੱਸੇ ਪਾਠ ਕਰਾ ਦਿਓ। ਚਲੋ ਚਲੋ ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਐਨ ਕਲੋ ਮਿਹਨਤਾਂ ਦੇ ਨਾਲ ਚੰਡੇ ਹੋਏ ਸਰੀਰ ਹੈ ਵਾਕਈ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜ਼ੋਰ ਦੇਣਾ ਪੈਂਦਾ ਹੱਥ ਮੰਜਲਾਂ ਦੇ ਸਿਰਿਆਂ ਤੇ ਲਾਉਣ ਨੂੰ ਉਹ ਰੱਬ ਕਦੇ ਘਰੇ ਬੈਠੇ ਰੋਟੀ ਨਹੀਂ ਉਹ ਦਿੰਦਾ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂੰ ਤੇ ਐਵੇਂ ਤਾਂ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਉਡੀਕਦੇ ਵਾਕਈ ਲਿਆਉਣੇ ਪੈਂਦੇ ਨੇ ਵਾਹ ਵੀ ਗੱਲ ਨਹੀਂ ਰੀਸਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸੱਜਣ ਮਿੱਤਰ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਰਾਜਪੂਤ ਸਭਾ ਤੋਂ ਬਹੁਤ ਹੀ ਸਤਿਕਾਰਯੋਗ ਵਿਕਰਮ ਵਿੱਕੀ ਚਿਪ ਜੀ ਨਾਲ ਹੀ ਸਾਡੇ ਰਾਜਨ ਸਿੰਘ ਜੀ ਹੈਪੀ ਨਾਲ ਹੀ ਸਾਡੇ ਸਮਿਤ ਠਾਕਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਰਾਵਾਂ ਦਾ ਉਚੇਚੇ ਤੌਰ ਤੇ ਪੁੱਜੇ ਹੋਏ ਬਹੁਤ ਬਹੁਤ ਧੰਨਵਾਦ ਹੈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵ ਕੁਮਾਰ ਸ਼ਰਮਾ ਜੀ ਕੱਟੜੇ ਦਾ ਦੰਗਲ ਪ੍ਰਸਿੱਧ ਹੈ ਕਹਿ ਲਓ ਵੀ 6 ਅਕਤੂਬਰ ਤਰੀਕ ਹੈ ਕੱਟੜੇ ਦੇ ਦੰਗਲ ਦੀ ਆ ਨਾਲ ਹੀ ਨੋਟ ਕਰਦੇ ਹਾਂ ਬਾਕੀ ਡਿਸਿਪਲਿਨ ਦੇ ਮਾਮਲੇ ਦੇ ਵਿੱਚ ਹਿੰਦੁਸਤਾਨ ਦੇ ਵਿੱਚ 1 ਨੰਬਰ ਦੰਗਲ ਹੈ ਬਾਕੀ ਵੱਡਾ ਡਿਸਿਪਲਿਨ ਹੁੰਦਾ ਹੈ ਉਸ ਦੰਗਲ ਦਾ ਅਰਨਾਲੀ ਪੱਪੂ ਲਾਂਗੜੀ ਜੀ ਪੁੱਜੇ ਹੋਏ ਬਹੁਤ ਬਹੁਤ ਧੰਨਵਾਦ ਮੁੰਨਾ ਮਿਸਤਰੀ ਸਾਡਾ ਵੀਰ ਪੁੱਜਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਹੈ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਹਿਯੋਗੀ ਸੱਜਣ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਜਿਹਨਾਂ ਵੱਲੋਂ ਵੱਡੇ ਸਹਿਯੋਗ ਹੈ ਰਜੇਸ਼ ਸ਼ਰਮਾ ਜੀ ਪੁੱਜੇ ਹੋਏ ਬਹੁਤ ਬਹੁਤ ਧੰਨਵਾਦ ਸਿੱਧੜਾ ਉੱਥੇ ਹੀ ਸੰਜੇ ਸ਼ਰਮਾ ਜੀ ਠੇਕੇਦਾਰ ਸਾਹਿਬ ਰਵਿੰਦਰ ਕੁਮਾਰ ਜੀ ਪੈਟਰੋਲ ਪੰਪ ਵਾਲੇ ਮਨੋਜ ਸ਼ਰਮਾ ਜੀ ਜੇਬੀ ਕੰਪਨੀ ਬਲਰਾਜ ਜੱਗਦੀ ਜੀ ਡਾਕਟਰ ਸਲੀਮ ਚੌਧਰੀ ਤੇ ਨਾਲ ਹੀ ਰਜਿੰਦਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਰ ਕੋਈ ਨਾਮ ਰਹਿ ਗਿਆ ਹੋਵੇ ਤਾਂ ਖੇਮਾ ਤੇ ਜਾ ਚੁੱਕਾ ਹੈ ਬਹੁਤ ਬਹੁਤ ਧੰਨਵਾਦ ਹੈ ਆਜੋ ਚਲਦੀ ਹੋਈ ਕੁਸ਼ਤੀ ਲੱਲੂ ਤੇ ਚਾਂਦੀ ਕਿੰਨਾ ਸਮਾਂ ਗਿਆ ਰਾਜ ਸਿੰਘ ਜੀ ਉੱਥੇ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਰਸੇਮ ਸਾਊਂਡ ਤੇ ਡੀਜੇ ਸਿਸਟਮ ਅਖਨੂਰ ਬੜੀ ਪਿਆਰੀ ਸਾਊਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉੱਥੇ ਹੀ ਵੱਡੇ ਮਾਣ ਰਾਮਪਾਲ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਮਦਨ ਸ਼ਾਹ ਜੀ ਨਾਲ ਬੋਲਣ ਲਈ ਪੁੱਜੇ ਕਰਦੇ ਹਾਂ ਨਗਰੋਟੇ ਵਾਲੇ ਬਹੁਤ ਬਹੁਤ ਧੰਨਵਾਦ ਉੱਥੋਂ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਓਮ ਪ੍ਰਕਾਸ਼ ਵਰਮਾ ਜੀ ਹੋਰਾਂ ਦਾ ਡਾਕਟਰ ਸਤਪਾਲ ਜੀ ਹੋਰਾਂ ਦਾ ਨਾਲ ਹੀ ਡਾਕਟਰ ਬਹੁਤ ਹੀ ਸਤਿਕਾਰਯੋਗ ਸਾਡੇ ਦੀਪਕ ਵਜੀਰ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਬੀ ਟੀਮ ਜਿਹੜੀ ਪੁੱਜੀ ਹੋਈ ਹੈ ਬਹੁਤ ਬਹੁਤ ਧੰਨਵਾਦ ਆਦਰ ਪੁਆਇੰਟ ਦੇ ਦਾਤੇ ਲੱਲੂ ਪਹਿਲਵਾਨ ਜੰਮੂ ਵਾਲਾ ਜਿਹੜਾ ਕੁਸ਼ਤੀ ਵਿੱਚ ਜੇਤੂ ਹੈ ਠੇਕੇਦਾਰ ਯੂਨੀਅਨ ਦਾ ਵੀ ਬਹੁਤ ਬਹੁਤ ਧੰਨਵਾਦ ਬਾਈ ਬੈਠੋ 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 ਵੀ ਵੱਡੀ ਕੁਸ਼ਤੀ ਚੱਲਦੀ ਹੈ ਵਾਕੇ ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨਾ ਪਹਿਲਵਾਨਾਂ ਦੇ ਦਰਮਿਆਨ ਵੇਖਦੇ ਆ ਕੌਣ ਜਿੱਤਦਾ ਕੌਣ ਹਰਦਾ ਬਾਤ ਸਮਝਦੀ ਹੈ ਨਹੀਂ ਓਰੀਸਾ ਮੈਨਾ ਮੰਡੋ ਠੀਕ ਦੇ ਦਿਆ ਬੱਲੇ 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 ਅੜਦੀ ਹੋਈ ਧੂੜ ਮੈਦਾਨ ਦੇ ਵਿੱਚ ਆਉਣਾ ਕਹਿੰਦੇ ਮੰਡੋਠੀ ਦੀ ਧਰਤੀ ਦਾ ਪਿੰਨਾ ਮੈਦਾਨ ਦੇ ਵਿੱਚ ਇਸ ਵੇਲੇ ਉੱਪਰਲੇ ਪਾਸੇ ਹੈ ਨਾਲ ਬਿਣੀਆਂ ਪਹਿਲਵਾਨ ਜੰਮੂ ਵੇਖਦੇ ਆ ਕੌਣ ਜਿੱਤਦਾ ਕੌਣ ਹਰਦਾ ਬਾਤ ਸਮਝਦੀ ਹੈ ਬਾਤ ਸਮਝਦੀ ਹੈ ਵਾਹ ਵੀ ਵਾਹ ਕਹਿੰਦਾ ਅਮਰਾ ਦੀ ਗਰਧਾਰ ਤੋਂ ਗੂੰਜਦੀ ਤੱਕ ਤੱਕ ਸੀ ਮੈਂ ਤਰਕੀ ਉਹ ਨਾਲ ਮਾਸਦੇ ਹਿੱਕਾਂ ਗੁੰਦੀਆਂ ਹਰਦੇ ਨੇ ਅੜ ਕੇ ਉਹ ਸਾਰੇ ਤੇ ਲੋਕੀ ਵੇਖਦੇ ਸੁਖੀਆਂ ਦੇ ਲਾਨੋਂ ਫੜ ਕੇ ਤੇ ਜੋਰਾਂ ਵਾਲੇ ਜ਼ੋਰ ਪਰਖਦੇ ਵਿੱਚ ਮੈਦਾਨੀ ਖੜ ਕੇ ਤੇ ਜੋਰਾਂ ਵਾਲੇ ਜ਼ੋਰ ਪਰਖਦੇ ਵਿੱਚ ਮੈਦਾਨੀ ਖੜ ਕੇ ਬਿਨਾਂ ਮੰਡੋਠੀ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਆ ਬਿਨਾਂ ਇਹ ਮੰਡੋਠੀ ਵਾਲਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ ਹਾਂ ਵੀ ਵਾਹ
ਬਹੁਤ ਬਹੁਤ ਮੁਬਾਰਕਬਾਦ ਹੈ ਦੰਗਲ ਕਮੇਟੀ ਨੂੰ। ਅੱਜ ਦਾ ਦੰਗਲ ਜਿਹੜਾ ਇੱਥੇ ਹੀ ਸਮਾਪਤ ਹੈ। ਅਲੱਗ ਅਲੱਗ ਵਧਾਈਆਂ ਨੇ, ਬਹੁਤ ਵਧੀਆ ਜਿਹੜੇ ਮੁਕਾਬਲੇ ਹੋਏ ਹੈ। ਬਹੁਤ ਬਹੁਤ ਧੰਨਵਾਦ ਹੈ।